ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਵੇਖ ਰਹੇ ਹੋ ਮਦਰ ਸੈਨ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮਦਰ ਸੈਨ ਜੋਈਆ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਰੋਜ਼ ਨਵੀਂ ਵੀਡੀਓ ਨਾਲ ਹਾਜ਼ਰ ਹੁੰਦਾ ਦੋਸਤਾਂ ਭਰਾਵਾਂ ਦੀ ਖਿਦਮਤ ਵਿੱਚ, ਅਤੇ ਮੈਂ ਜਨਾਬ ਉਹਨਾਂ ਭਰਾਵਾਂ ਦਾ ਬੜਾ ਸ਼ੁਕਰੀਆ ਅਦਾ ਕਰਨਾ ਅਤੇ ਬੜਾ ਮਸ਼ਹੂਰ ਹਾਂ ਕਿ ਜਿਹੜੇ ਮੇਰੇ ਚੈਨਲ ਨੂੰ ਬੜੀ ਮੁਹੱਬਤ ਨਾਲ ਅਤੇ ਬੜੇ ਪਿਆਰ ਦੇ ਨਾਲ ਅਤੇ ਬੜੇ ਸ਼ੌਕ ਦੇ ਨਾਲ ਵੇਖਦੇ ਨੇ। ਦੋਸਤੋ, ਇਸੇ ਤਰ੍ਹਾਂ ਜਨਾਬ ਦੋਸਤੋ ਮਦਰ ਸੈਨ ਟੀਵੀ ਨਾਲ ਅਲਹਮਦੁਲਿਲਾ ਜੁੜੇ ਰਹੋ, ਤੁਹਾਨੂੰ ਮਜ਼ਾ ਵੀ ਆਏਗਾ ਇਨਸ਼ਾਅੱਲਾ ਤਾਲਾ। ਅਤੇ ਮੇਰੇ ਚੈਨਲ ਜਨਾਬ, ਜਿਹੜੇ ਮੇਰੇ ਭਾਈ ਮੇਰੇ ਚੈਨਲ 'ਤੇ ਨਵੇਂ ਨੇ, ਉਹ ਮੇਰੇ ਚੈਨਲ ਜਨਾਬ ਸਬਸਕ੍ਰਾਈਬ ਕਰ ਲਓ ਅਤੇ ਨਾਲ ਇੱਕ ਬੈੱਲ ਦਾ ਬਟਨ ਹੈ ਉਹਨੂੰ ਵੀ ਓਕੇ ਕਰ ਲਓ। ਅਤੇ ਦੋਸਤੋ, ਤੁਹਾਡੇ ਅੱਗੇ ਇਹ ਰਿਕੁਐਸਟ ਹੈ ਕਿ ਮੇਰੇ ਚੈਨਲ ਜਨਾਬ ਸਬਸਕ੍ਰਾਈਬ ਕਰੋ ਅਤੇ ਦੋਸਤਾਂ ਨਾਲ ਲਾਈਕ ਸ਼ੇਅਰ ਵੀ ਕਰੋ, ਅਤੇ ਵੀਡੀਓ ਜਨਾਬ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਵੇਖਣੀ ਹੈ ਤਾਂ ਕਿ ਤੁਹਾਨੂੰ ਪੂਰੀ ਗੱਲ ਦੀ ਜਨਾਬ ਸਮਝ ਆ ਸਕੇ, ਕਿਉਂਕਿ ਤੁਸੀਂ ਅੱਧੀ ਵੀਡੀਓ ਵੇਖਦੇ ਹੋ ਅਤੇ ਕਈ ਦੋਸਤ ਮੈਨੂੰ ਫੋਨ ਕਰਦੇ ਨੇ ਕਿ ਮਦਰ ਭਾਈ ਇਹਦਾ ਰੇਟ ਕੀ ਹੈ, ਇਹਦਾ ਪ੍ਰਾਈਜ਼ ਕੀ ਹੈ। ਉਹ ਮੇਰੇ ਭਾਈ, ਮੈਂ ਤਕਰੀਬਨ ਹਰ ਚੀਜ਼ ਵੀਡੀਓ ਦੇ ਅੰਦਰ ਬਿਆਨ ਕਰ ਚੁੱਕਿਆ ਹੁੰਦਾ, ਉਹਦਾ ਸੂਆ, ਉਹਦਾ ਦੁੱਧ ਕਿੰਨਾ ਹੈ, ਉਹ ਨਸਲ ਕਿਹੜੀ ਹੈ, ਹਰ ਚੀਜ਼ ਮੈਂ ਵੀਡੀਓ ਦੇ ਵਿੱਚ ਬਿਆਨ ਕਰ ਚੁੱਕਿਆ ਹੁੰਦਾ। ਤੁਹਾਨੂੰ ਇਹ ਫੋਨ ਕਰਨ ਦੀ ਵੀ ਦੋਸਤੋ ਜ਼ਰੂਰਤ ਕੋਈ ਨਹੀਂ, ਇਹ ਆਪਣੇ ਭਾਈ ਨੂੰ ਤੁਹਾਨੂੰ ਫੋਨ ਕਰਨ ਦੀ ਜ਼ਰੂਰਤ ਕੋਈ ਨਹੀਂ। ਜਦੋਂ ਤੁਸੀਂ ਪੂਰੀ ਵੀਡੀਓ ਮੁਕੰਮਲ ਵੇਖੋਗੇ ਇਨਸ਼ਾਅੱਲਾ ਤੁਹਾਨੂੰ ਸਾਰੀ ਗੱਲ ਦਾ ਪਤਾ ਚੱਲ ਜਾਏਗਾ ਮੇਰੇ ਭਾਈ। ਅਤੇ ਅੱਜ ਮੈਂ ਇੱਕ ਵੀਡੀਓ ਲੈ ਕੇ ਆਇਆ ਜਨਾਬ, ਇੱਕ ਗਾਏ ਦੀ। ਇਹ ਦੂਸਰਾ ਸੂਆ ਹੈ, ਇਹ ਫੁੱਲ ਕਰਾਸ ਦੇ ਵਿੱਚ ਹੈਗੀ ਜਨਾਬ, ਫੁੱਲ ਕਰਾਸ ਹੈ ਜਨਾਬ। ਪਿੱਛੇ ਇਹਦੇ ਬੱਚਾ ਦੋਸਤੋ, ਇਸ ਗਾਂ ਸੂਈ ਨੂੰ ਜਨਾਬ ਅੱਜ 10 ਤੋਂ 11 ਦਿਨ ਹੋ ਗਿਆ। ਪਿੱਛੇ ਇਹਦੇ ਬੱਚਾ ਦੋਸਤੋ, ਦੂਸਰਾ ਸੂਆ ਹੈ, ਫੁੱਲ ਕਰਾਸ ਹੈ ਵੈਰ ਜਨਾਬ, ਦੂਸਰਾ ਸੂਆ ਹੈ। ਸਿੰਘ ਜ਼ਾਤ ਨਸਲ ਤੁਹਾਡੇ ਸਾਹਮਣੇ, ਕਰਾਸ ਹੈ ਫੁੱਲ। ਬੱਚੇ ਨੂੰ ਪਿਆ ਕੇ ਹਾਜ਼ਰ ਟਾਈਮ 8 ਲੀਟਰ ਦੁੱਧ ਹੈ ਗਾਏ ਦੇ ਕੋਲ ਜਨਾਬ। ਇਹ ਦੁੱਧ ਉਨਾ ਹੀ ਦੱਸੀ ਜਾਂਦੇ ਅਸੀਂ ਜਿੰਨਾ ਗਾਂ ਕੋਲ ਹੈਗਾ, ਵੱਧ ਨਹੀਂ ਦੱਸ ਰਿਹਾ। ਬੱਚੇ ਨੂੰ ਪਿਆ ਕੇ ਜਨਾਬ 8 ਲੀਟਰ ਦੁੱਧ ਦੇ ਹਾਜ਼ਰ ਟਾਈਮ, ਕਿਉਂਕਿ ਜ਼ਿਆਦਾ ਦੁੱਧ ਮਮਾਲਕ ਨੂੰ ਕਿਹਾ ਸੀ ਕਿ ਭਾਈ ਜ਼ਿਆਦਾ ਦੁੱਧ ਨਹੀਂ ਦੱਸਣਾ, ਦੁੱਧ ਉਨਾ ਹੀ ਦੱਸਣਾ ਜਿੰਨਾ ਆਪਾਂ ਚੁਆ ਕੇ ਦੇਣਾ, ਕਿ ਚੁਆਉਣ ਲੱਗਿਆਂ ਆਪਾਂ ਨੂੰ ਕੋਈ ਸ਼ਰਮਿੰਦਗੀ ਨਾ ਹੋਵੇ। ਬੱਚੇ ਨੂੰ ਪਿਆ ਕੇ 8 ਲੀਟਰ ਦੁੱਧ ਦੇ ਦੋਸਤੋ ਇਹਦੇ ਕੋਲ ਹਾਜ਼ਰ ਟਾਈਮ, ਦੂਸਰਾ ਸੂਆ ਹੈ, ਫੁੱਲ ਕਰਾਸ ਦੇ ਵਿੱਚ ਜਨਾਬ ਵਹਿੜ ਹੈ। ਇਹਦਾ ਬੱਚਾ ਵੀ ਵਿਖਾਉਂਦੇ ਤੁਹਾਨੂੰ। ਬੱਚੇ ਨੂੰ ਪਿਆ ਕੇ ਜਨਾਬ ਦੋ ਥਣਾਂ ਦੇ ਵਿੱਚੋਂ 8 ਲੀਟਰ ਦੁੱਧ ਦੇ, ਦੋ ਥਣ ਬੱਚੇ ਨੂੰ ਮਾਲਕ ਦਿੰਦਾ ਅਤੇ 8 ਲੀਟਰ ਦੁੱਧ ਚੋਂਦਾ, ਫੁੱਲ ਕਰਾਸ ਹੈ। ਕਰਮਾਲੀ ਇਹ ਡਰ ਰਹੀ ਹੈ ਜਨਾਬ ਕਿ ਪਤਾ ਨਹੀਂ ਮੇਰੇ ਦਾਲੇ ਕਿਉਂ ਹੋਏ ਖੜ੍ਹੇ ਨੇ। ਅਕਸਰ ਜਾਨਵਰ ਤੁਹਾਨੂੰ ਪਤਾ, ਮਾਸ਼ਾਅੱਲਾ ਸ਼ਾਹ ਕਾਲਾ ਖਾਣੇ, ਛੋਟਾ ਮੁੱਠ ਭਰ ਮਾਸ਼ਾਅੱਲਾ। 1,25,000 ਰੁਪਈਆ ਜਨਾਬ ਇਹਦਾ ਮੁੱਲ ਹੈ, 1,25,000 ਰੁਪਈਆ ਇਹਦਾ ਮੁੱਲ ਹੈ, ਵਿੱਚ ਪਿਆਰ ਮੁਹੱਬਤ ਸ਼ਾਮਿਲ ਹੈ। ਕੈਮਰਾਮੈਨ ਸਾਹਿਬ ਇਹਦਾ ਬੱਚਾ ਵਿਖਾ ਦੇ। ਇਹ ਜਨਾਬ ਵਲਾਇਤੀ 'ਚ ਕਰਾਸ ਹੈ ਮਾਸ਼ਾਅੱਲਾ। ਬੰਨ ਬੁਨ ਉੱਤੇ ਕੋਈ ਨਹੀਂ ਤੁਹਾਡੇ ਸਾਹਮਣੇ, ਕੈਮਰਾਮੈਨ ਸਾਹਿਬ ਬੰਨ 'ਤੇ ਲਾਓ, ਉੱਤੇ ਕੋਈ ਬੰਨ ਨਹੀਂ ਮਾਸ਼ਾਅੱਲਾ, ਬਿਲਕੁਲ ਧੌਣ ਪੱਧਰ ਹੈ ਇਹ ਗਾਂ ਜਨਾਬ। ਇਹਦਾ ਬੱਚਾ ਵਿਖਾਓ ਕੈਮਰਾਮੈਨ ਸਾਹਿਬ। ਇਹ ਬੱਚਾ ਦੋਸਤੋ 10 ਤੋਂ 12 ਦਿਨ ਦੀ ਇਹ ਸੂਈ ਗਾਂ, ਪਿੱਛੇ ਦੇ ਬੱਚਾ ਮੇਰੇ ਭਾਈ, ਸੋਹਣਾ ਬੜਾ ਪਿਆਰਾ। ਨੰਬਰ ਮੇਰਾ 0304-79-7076, ਇਹੋ ਮੇਰਾ ਵਟਸਐਪ ਦਾ ਨੰਬਰ ਹੈ, ਇਹੋ ਈਮੋ ਦਾ ਨੰਬਰ ਹੈ, ਲੋਕੇਸ਼ਨ ਮੇਰੀ ਆਰਫ ਵਾਲੇ ਦੀ। ਇਹ ਦੋਸਤੋ ਤੁਹਾਡਾ ਆਪਣਾ ਚੈਨਲ ਹੈ, ਤੁਹਾਡੇ ਭਰਾਵਾਂ ਦੀਆਂ ਮੁਹੱਬਤਾਂ ਅਤੇ ਚਾਹਤਾਂ ਨਾਲ ਚੱਲਣਾ ਜਨਾਬ ਇਹ ਚੈਨਲ ਮਦਰ ਸੈਨ ਟੀਵੀ ਦਾ। ਇਹ ਜਨਾਬ ਮੇਰੇ ਚੈਨਲ ਦੀ ਮਾਸ਼ਾਅੱਲਾ ਤਾਂ ਕੱਲ੍ਹ ਦੀ ਚੈਨਲ ਦੀ ਅਰਨਿੰਗ ਸ਼ੁਰੂ ਹੋ ਗਈ ਮਾਸ਼ਾਅੱਲਾ। ਇਹ ਸਾਡਾ ਉਸਤਾਦ ਹੈ ਜਨਾਬ ਮਾਸ਼ਾਅੱਲਾ, ਸਾਡਾ ਉਸਤਾਦ ਹੈ ਜਿਹੜਾ ਭਾਈ ਨਸਰੁੱਲਾ ਮਾਸ਼ਾਅੱਲਾ। ਅੱਲਾਹ ਤਾਲਾ ਉਹਦੀ ਜ਼ਿੰਦਗੀ ਕਰੇ, ਅੱਲਾਹ ਤਾਲਾ ਉਹਦੇ ਕਾਰੋਬਾਰ 'ਚ ਜਨਾਬ ਬਰਕਤ ਪਾਵੇ ਮਾਸ਼ਾਅੱਲਾ। ਇਹ ਜਨਾਬ ਕੱਲ੍ਹ ਦੀ ਸਾਡੇ ਚੈਨਲ ਦੀ ਅਰਨਿੰਗ ਸ਼ੁਰੂ ਹੋ ਗਈ ਮਾਸ਼ਾਅੱਲਾ।
ਅੱਲਾਹ ਤਾਲਾ ਬਰਕਤ ਪਾਵੇ ਜਨਾਬ, ਅੱਲਾਹ ਤਾਲਾ ਉਹਨਾਂ ਨੂੰ ਵੀ ਤੰਦਰੁਸਤੀ ਦੇਵੇ, ਸਾਡੇ ਉਸਤਾਦ ਮੋਹਤਰਮ ਨੂੰ ਜਨਾਬ, ਅਤੇ ਅੱਲਾਹ ਤਾਲਾ ਮੇਰੇ ਸਬਸਕ੍ਰਾਈਬਰਾਂ ਭਾਈਆਂ ਨੂੰ ਵੀ ਤੰਦਰੁਸਤੀ ਦੇਵੇ ਜਨਾਬ, ਅਤੇ ਮੈਂ ਉਹਨਾਂ ਭਰਾਵਾਂ ਦਾ ਬੜਾ ਜਨਾਬ ਸ਼ੁਕਰੀਆ ਅਦਾ ਕਰਨਾ ਕਿ ਜਿਹੜੇ ਮੇਰੇ ਚੈਨਲ ਨੂੰ ਬੜੀ ਪਿਆਰ ਦੇ ਨਾਲ, ਬੜੀ ਮੁਹੱਬਤ ਦੇ ਨਾਲ ਜਨਾਬ ਮੁਹੱਬਤਾਂ ਪਾਉਂਦੇ ਨੇ ਮਦਰ ਸੈਨ ਟੀ ਵੀ ਨਾਲ। ਜਨਾਬ ਇਸੇ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਜਨਾਬ ਅਗਲੀ ਵੀਡੀਓ ਦੇ ਵਿੱਚ। ਪਾਕਿਸਤਾਨ ਜ਼ਿੰਦਾਬਾਦ।